ਵਾਲੇਕੁਮ ਕਾਸ਼ਕਾਰ ਵੀਰੋ, ਅੱਜ ਅਸਾਂ ਮੌਜੂਦ ਹਾਂ ਨਰਮੇ ਦੀ ਫੀਲਡ ਦੇ ਵਿੱਚ। ਸਾਡੇ ਨਾਲ ਸਾਡੇ ਕਿਸਾਨ ਵੀਰ ਵੀ ਮੌਜੂਦ ਹੈਗੇ ਨੇ, ਚੌਧਰੀ ਐਸ ਐਨ ਸਾਹਿਬ। ਇਹ 5 ਫੋੜਵਾ ਦਾ ਇਲਾਕਾ ਹੈਗਾ, ਇਹਨਾਂ ਦੀ ਫੀਲਡ ਦੇ ਵਿੱਚ ਆਏ ਹਾਂ। ਇਹਦੇ ਉੱਤੇ ਅਟੈਕ ਹੈਗਾ ਵਾ ਜੈਸਿਡ ਦਾ, ਉਹਦੇ ਤਦਾਰਕ ਵਾਸਤੇ ਕਿਹੜਾ ਕੈਮੀਕਲ ਇਸਤੇਮਾਲ ਹੋਏਗਾ, ਇਹਦਾ ETL ਲੈਵਲ ਕੀ ਹੈਗਾ ਵਾ, ਮੁਕੰਮਲ ਕਹਾਣੀ ਜਾਣਾਂਗੇ ਵਾਮਕ ਸਾਹਿਬ ਦੀ ਜ਼ਬਾਨੀ। ਇਹ ਹੈਗੇ ਨੇ ਸਾਡੇ ਐਗਰੇਰੀਅਨ ਬਾਈ, ਬਾਕੀ ਮਾਲੂਮਾਤ ਉਹਨਾਂ ਕੋਲ ਜਾਣਾਂਗੇ। ਜੀ ਵਾਮਕ ਬਾਈ, ਅਸਲਾਮ ਅਲੈਕੁਮ। ਕਾਸ਼ਕਾਰ ਬਾਈਓ, ਇਸ ਟਾਈਮ ਅਸੀਂ ਕਪਾਸ ਦੇ ਖੇਤ ਦੇ ਵਿੱਚ ਮੌਜੂਦ ਹਾਂ, ਔਰ ਇਸ ਟਾਈਮ ਜਿੱਥੇ ਜਿੱਥੇ ਵੀ ਪੂਰੇ ਪਾਕਿਸਤਾਨ 'ਚ ਕਪਾਸ ਕਾਸ਼ ਹੋਈ ਹੈ, ਉੱਥੇ ਜ਼ਿਮੀਂਦਾਰ ਬਾਈਆਂ ਨੂੰ ਸਫੈਦ ਮੱਖੀ ਦਾ ਔਰ ਸਬਜ਼ ਤੇਲੇ ਦਾ ਹਮਲਾ ਨਜ਼ਰ ਆ ਰਿਹਾ, ਔਰ ਬਹੁਤ ਜ਼ਿਆਦਾ ਸ਼ਦੀਦ ਹਮਲਾ ਨਜ਼ਰ ਆ ਰਿਹਾ। ਔਰ ਇਸ ਹਮਲੇ ਦੀ ਜਿਹੜੀ ਵਜ੍ਹਾ ਹੈ, ਇਹ ਸਬਜ਼ ਤੇਲਾ, ਤੁਸੀਂ ਇਹ ਪੱਤਾ ਦੇਖ ਸਕਦੇ ਹੋ ਵੀ ਜਿਹੜਾ ਕਿ ਡਿਸਕਲਰ ਹੋਇਆ ਹੋਇਆ, ਠੀਕ ਹੈ, ਇਹ ਸਬਜ਼ ਤੇਲੇ ਦੀ ਵਜ੍ਹਾ ਤੋਂ ਹੋਇਆ ਹੋਇਆ। ਸਬਜ਼ ਤੇਲਾ ਕਪਾਸ ਦੇ ਵਿੱਚ ਇੱਕ ਰਸ ਚੂਸਣ ਵਾਲਾ ਕੀੜਾ ਹੈ, ਜਿਹੜਾ ਕਿ ਪੱਤੇ ਦੀ ਬੈਕ ਸਾਈਡ ਤੋਂ ਰਗਾਂ ਦੇ ਉੱਪਰ ਰਸ ਚੂਸਦਾ ਹੈ। ਰਸ ਚੂਸਣ ਤੋਂ ਬਾਅਦ ਪੱਤੇ ਦੀ ਕੁਵਤ ਮੁਦਾਫਤ ਘੱਟ ਜਾਂਦੀ ਹੈ, ਔਰ ਪੱਤਾ ਇਸ ਤਰ੍ਹਾਂ ਡਿਸਕਲਰ ਹੋ ਜਾਂਦਾ, ਆਪਣੀ ਰੰਗਤ ਛੱਡਣੀ ਸ਼ੁਰੂ ਕਰ ਦਿੰਦਾ। ਮਾਸ਼ੀ ਹੱਦ ਦੀ ਗੱਲ ਕਰੀਏ ਤਾਂ ਇਹਦੀ ਮਾਸ਼ੀ ਹੱਦ ਹੈ 1 ਦਾਣਾ ਫੀ ਪੱਤਾ। ਇਹ ਹਰ ਕਾਸ਼ਕਾਰ ਬਾਈ ਨੂੰ ਪਤਾ ਹੋਣਾ ਚਾਹੀਦਾ ਕਿ ਸਬਜ਼ ਤੇਲਾ ਮਾਸ਼ੀ ਹੱਦ ਜਿਹੜੀ ਹੈ 1 ਦਾਣਾ ਫੀ ਪੱਤਾ ਹੈ। ਬਾਅਦ ਕਾਸ਼ਕਾਰ ਬਾਈ ਜਦੋਂ 10 ਤੋਂ 15 ਦਾਣੇ ਫੀ ਪੱਤਾ ਹੋ ਜਾਂਦੇ ਨੇ, ਉਦੋਂ ਸੋਚਦੇ ਨੇ ਕਿ ਯਾਰ ਅਸੀਂ ਸਪਰੇਅ ਕਰੀਏ। ਅਤੇ ਗੁਜ਼ਾਰਿਸ਼ ਇਹ ਹੈ ਕਿ ਜਿਵੇਂ ਹੀ ਤੁਹਾਡੇ ਖੇਤ ਦੇ ਵਿੱਚ ਸਬਜ਼ ਤੇਲੇ ਦਾ ਅਟੈਕ ਬੜੇ, ਤਾਂ ਫੌਰਨ ਤੁਸੀਂ ਇਹਦਾ ਸਪਰੇਅ ਕਰੋ। ਔਰ ਇਹ ਬਿਮਾਰੀ ਉਸ ਵਕਤ ਸ਼ਦੀਦ ਹੁੰਦੀ ਹੈ ਸਬਜ਼ ਤੇਲੇ ਦੀ ਜਦੋਂ ਹਵਾ ਦੇ ਵਿੱਚ ਨਮੀ ਦਾ ਤਨਾਸਬ ਵੱਧ ਜਾਵੇ। ਜਿਵੇਂ ਜਿਵੇਂ ਟੈਂਪਰੇਚਰ ਡਾਊਨ ਹੁੰਦਾ ਜਾਏਗਾ, ਸਬਜ਼ ਤੇਲੇ ਦਾ ਹਮਲਾ ਕਪਾਸ ਦੇ ਉੱਪਰ ਵੱਧਦਾ ਜਾਏਗਾ। ਔਰ ਇਹਦੇ ਵਾਸਤੇ ਮਾਰਕੀਟ ਦੇ ਵਿੱਚ ਬਿਹਤਰੀਨ ਜਿਹੜੀ ਦਵਾਈਆਂ ਨੇ ਉਹ ਇਸ ਟਾਈਮ ਅਗਰ ਚੱਲ ਰਹੀ ਹੈ, ਉਹ ਡਾਇਨੋਟੀਫੁਰਾਨ ਜ਼ਹਿਰ ਹੈ, ਜਿਹੜਾ ਕਿ 100 ਗ੍ਰਾਮ ਫੀ ਏਕੜ ਦੇ ਹਿਸਾਬ ਨਾਲ ਤੁਸੀਂ ਆਪਣੇ ਖੇਤ ਦੇ ਉੱਤੇ ਸਪਰੇਅ ਕਰ ਸਕਦੇ ਹੋ। ਇਸ ਤੋਂ ਇਲਾਵਾ ਨਾਈਟਨ ਪਾਇਰਮ ਹੈ, ਜਿਹੜਾ ਕਿ 50 ਗ੍ਰਾਮ ਫੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਜਿਹੜਾ ਫਲੋਨੀਕਾ ਮੇਡ ਹੈ, ਉਹ 60 ਗ੍ਰਾਮ ਤੋਂ 80 ਗ੍ਰਾਮ ਤੱਕ ਤੁਸੀਂ ਫੀ ਏਕੜ ਇਸਤੇਮਾਲ ਕਰ ਸਕਦੇ ਹੋ, ਜਿਹੜਾ ਸਬਜ਼ ਤੇਲੇ ਦੇ ਨਾਲ ਨਾਲ ਸਫੈਦ ਮੱਖੀ ਨੂੰ ਵੀ ਕੰਟਰੋਲ ਕਰਦਾ ਹੈ। ਠੀਕ ਹੋ ਗਿਆ। ਇਹ ਸੀਗਾ ਜੈਸਿਡ ਦੇ ਅਟੈਕ ਦੇ ਬਾਰੇ 'ਚ ਅਤੇ ਉਹਦੀ ਮਾਸ਼ੀ ਹੱਦ ਦੇ ਬਾਰੇ 'ਚ। ਇਸ ਤੋਂ ਇਲਾਵਾ ਤੁਸੀਂ ਕਿਸੇ ਮਲਟੀਨੈਸ਼ਨਲ ਦਾ ਬ੍ਰਾਂਡ ਇਸਤੇਮਾਲ ਕਰਨਾ ਅਤੇ ਉਹ ICI ਕੰਪਨੀ ਉਲਾਲਾ ਦੇ ਨਾਮ ਤੋਂ ਦੇਣ ਦੀ ਆ ਮਾਰਕੀਟ ਦੇ ਵਿੱਚ, ਜਾਂ ਫਿਰ ਕੰਪਨੀ ਸੋਮੋਰਾਈ ਦੇ ਨਾਮ ਤੋਂ ਦੇਣ ਦੀ ਆ, ਉਸ ਤੋਂ ਬਾਅਦ ਸਵਾਤ ਐਗਰੋ ਹਾਚੀ ਦੇ ਨਾਮ ਤੋਂ ਪ੍ਰੋਡਕਟ ਦੇ ਰਹੀ ਹੈ, ਤਾਫੁਜ਼ ਜਿਹੜਾ ਵਾ ਤਾਫੁਜ਼ ਕੰਪਨੀ, ਸਨਗਰੋ ਜਿਹੜੀ ਹੈਗੀ ਆ ਉਹਨਾਂ ਦਾ ਮਸ਼ਹੂਰ ਬ੍ਰਾਂਡ ਟਾਰਚ ਦੇ ਨਾਮ ਤੋਂ 80 ਗ੍ਰਾਮ ਫੀ ਏਕੜ ਸਪਰੇਅ ਕਰਾਓ, ਇਨਸ਼ਾਅੱਲਾ ਤੁਹਾਡੀ ਫੀਲਡ ਤੋਂ 80 ਤੋਂ 90% ਜਿਹੜਾ ਵਾ ਜੈਸਿਡ ਦਾ ਮੁਕੰਮਲ ਕੰਟਰੋਲ ਹੋ ਜਾਏਗਾ। ਇਹ ਵੀਡੀਓ ਬਣਾਈ ਗਈ ਹੈ ਕਾਸ਼ਕਾਰ ਵੀਰਾਂ ਦੀ ਰਹਿਨੁਮਾਈ ਵਾਸਤੇ। ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿੱਤਾ ਜੇ, ਤਾਂ ਕਿ ਤਮਾਮ ਕਾਸ਼ਕਾਰ ਵੀ ਜਿਨ੍ਹਾਂ ਨੇ ਨਰਮਾ ਲਾਇਆ ਹੋਇਆ ਵਾ ਉਹਨਾਂ ਦੀ ਰਹਿਨੁਮਾਈ ਹੋ ਸਕੇ। ਅਸਲਾਮੁਅਲੈਕੁਮ।